ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਤੇ ਹਿੰਦੁਸਤਾਨ ਦੀਆਂ ਕਿਸਾਨ ਜਥੇਬੰਦੀਆਂ ਕੇਵਲ ਕਿਸਾਨੀ ਮੁੱਦਿਆਂ ਦੀ ਲੜਾਈ ਨਹੀਂ ਲੜ ਰਹੀਆਂ, ਇਹ ਸਮਾਜਿਕ ਇਨਸਾਫ ਦੀ ਲੜਾਈ ਵੀ ਲੜ ਰਹੀਆਂ। ਸਰਕਾਰ ਵੱਲੋਂ ਕਿਸਾਨਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ, ਕਿਤੇ ਖਾਲਿਸਤਾਨੀ ਕਿਹਾ ਜਾ ਰਿਹਾ, ਕਿਤੇ ਟੁਕੜਾ ਟੁਕੜਾ ਗੈਂਗ ਕਿਹਾ ਜਾ ਰਿਹਾ। ਪਰ ਉੱਥੇ ਦਾ ਇਹ ਵੀ ਕਹੀ ਗਈ ਕਿ ਇਹ ਜਿਹੜੀ ਆਰਥਿਕ ਮਦਦ ਹੋ ਰਹੀ ਹੈ ਸਰਹੱਦ ਪਾਰਾਂ ਤੋਂ ਹੋ ਰਹੀ ਹੈ, ਜਿਹੜੀ ਕਿ ਮੁਲਕ ਦੇ ਖਿਲਾਫ ਨੇ। ਪੰਜਾਬ ਦੇ ਕਿਸਾਨ ਭਾਈਚਾਰੇ ਦੇ ਪੁੱਤਰ ਵਿਦੇਸ਼ਾਂ 'ਚ ਵੱਸਦੇ ਨੇ, ਜੇ ਉਹ ਕਿਸਾਨਾਂ ਨੂੰ ਮਦਦ ਦਿੰਦੇ ਨੇ ਕੋਈ ਗੁਨਾਹ ਕਰ ਰਹੇ ਨੇ? ਮੇਰੇ ਕੋਲ ਇਹੋ ਜਿਹੇ ਬੱਚਿਆਂ ਦੇ ਨਾਂ ਨੇ ਜਿਨ੍ਹਾਂ ਨੇ ਆਪਣੀਆਂ ਗੁਲਕਾਂ ਦੇ ਵਿੱਚੋਂ ਪੈਸੇ ਕੱਢ ਕੇ ਕਿਹਾ ਵੀ ਅੰਕਲ ਸਾਡੇ ਪੈਸੇ ਦੇ ਕੇ ਆਓ। ਉੱਥੇ ਸਰਕਾਰ ਜਿਹੜੀ ਹੈ ਉਹ ਅੰਨੀ ਆ, ਉਹਨੂੰ ਇਹ ਨਜ਼ਰ ਨਹੀਂ ਆ ਰਿਹਾ ਕਿ ਕਿਵੇਂ ਪਿੰਡਾਂ ਤੋਂ ਟਰਾਲੀਆਂ ਭਰ ਕੇ ਸਬਜ਼ੀਆਂ ਦੀਆਂ ਆ ਰਹੀਆਂ। ਸੋ ਜਿਹੜਾ ਪੰਜਾਬ ਦਾ ਹੌਸਲਾ, ਪੰਜਾਬ ਦੀ ਤਹੱਮਲ, ਪੰਜਾਬ ਦਾ ਸ਼ਾਂਤਮਈ ਅੰਦੋਲਨ, ਜੇ ਸਰਕਾਰ ਅਜੇ ਵੀ ਕੰਧ 'ਤੇ ਲਿਖਿਆ ਨਹੀਂ ਪੜ੍ਹਨ ਜਾਣਦੀ ਤਾਂ ਇਹ ਇਹਨੂੰ ਪੜ੍ਹਾ ਕੇ ਜਾਣਗੇ। ਸਾਡੇ ਪੰਜਾਬ ਦੇ ਨੌਜਵਾਨ ਨੂੰ ਨਸ਼ੇੜੀ ਕਿਹਾ ਗਿਆ, ਸਾਡੇ ਪੰਜਾਬ ਦੇ ਨੌਜਵਾਨ ਨੂੰ ਵਿਹਲੜ ਕਿਹਾ ਗਿਆ, ਨਿਕੰਮਾ ਕਿਹਾ ਗਿਆ। ਪੰਜਾਬ ਦੇ ਨੌਜਵਾਨਾਂ ਨੇ ਇਹ ਸਿੱਧ ਕਰ ਦਿੱਤਾ ਕਿ ਪੰਜਾਬ ਦਾ ਨੌਜਵਾਨ ਕਿੰਨਾ ਫਿਕਰਮੰਦ ਆ। ਸਤਿ ਸ਼੍ਰੀ ਅਕਾਲ, ਵਰਲਡ ਪੰਜਾਬੀ ਟੀਵੀ 'ਤੇ ਸਾਰੇ ਦਰਸ਼ਕਾਂ ਦਾ ਨਵਜੋਤ ਸਿੰਘ ਧਾਲੀਵਾਲ ਵੱਲੋਂ ਸਵਾਗਤ ਹੈ। ਵਰਲਡ ਪੰਜਾਬੀ ਹਰ ਹਾਲ ਕਿਸਾਨੀ ਨਾਲ ਨਾਰੇ ਤਹਿਤ ਇੱਕ ਇੱਕ ਤਸਵੀਰ ਇਸ ਸੰਘਰਸ਼ ਦੀ, ਇਸ ਮੋਰਚੇ ਦੀ, ਇਸ ਦੇ ਵਿੱਚ ਹਰ ਤਰ੍ਹਾਂ ਦੇ ਮਦਦ ਦੀ ਤੁਹਾਨੂੰ ਦਿਖਾ ਰਿਹਾ। ਪ੍ਰੋਗਰੈਸਿਵ ਰਾਈਟਰ ਐਸੋਸੀਏਸ਼ਨ ਕਿਵੇਂ ਇਸ ਮੋਰਚੇ ਦੀ ਵਿੱਤੀ ਤੌਰ 'ਤੇ ਇਮਦਾਦ ਕਰ ਰਹੀ ਹੈ, ਹੋਰ ਸਮਾਜਿਕ ਤੌਰ 'ਤੇ ਜਿਹੜੀ ਮਦਦ ਕੀਤੀ ਜਾ ਰਹੀ ਹੈ, ਗੱਲਬਾਤ ਕਰਨ ਲਈ ਸਾਡੇ ਨਾਲ ਸੁਖਦੇਵ ਸਿੰਘ ਸਿਰਸਾ ਹੋਰੀ ਨੇ ਪ੍ਰੋਗਰੈਸਿਵ ਰਾਈਟਰ ਐਸੋਸੀਏਸ਼ਨ ਦੇ ਵੱਲੋਂ ਮਦਦ ਕਰਨ ਲਈ ਪਹੁੰਚੇ ਹੈ। ਪਹਿਲਾਂ ਵੀ 2.25 ਲੱਖ ਦੀ ਮਦਦ ਕੀਤੀ ਹੈ। ਸਿਰਸਾ ਸਾਹਿਬ, ਇਹ ਜਿਹੜੀ ਚੇਟਕ ਹੈ, ਇਹ ਲਗਾਤਾਰ ਜਿਹੜੀ ਵਿੱਤੀ ਮਦਦ ਤੁਸੀਂ ਕਰ ਰਹੇ ਹੋ, ਇਹ ਮਤਲਬ ਕੀ ਸੋਚ ਹੈ, ਕੀ ਬਲਬਲਾ? ਦੇਖੋ, ਪੰਜਾਬ ਦੇ ਲੇਖਕ ਅਤੇ ਪੰਜਾਬ ਦੇ ਬੁੱਧੀਜੀਵੀ ਇਹ ਮਹਿਸੂਸ ਕਰ ਰਹੇ ਨੇ ਕਿ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਅਤੇ ਹਿੰਦੁਸਤਾਨ ਦੀਆਂ ਕਿਸਾਨ ਜਥੇਬੰਦੀਆਂ ਕੇਵਲ ਕਿਸਾਨੀ ਮੁੱਦਿਆਂ ਦੀ ਲੜਾਈ ਨਹੀਂ ਲੜ ਰਹੀਆਂ, ਇਹ ਸਮਾਜਿਕ ਇਨਸਾਫ ਦੀ ਲੜਾਈ ਵੀ ਲੜ ਰਹੀਆਂ ਨੇ। ਇਸ ਕਰਕੇ ਪੰਜਾਬੀ ਦੇ ਬਹੁਤ ਸਾਰੇ ਲੇਖਕਾਂ ਨੇ ਇਹ ਯਤਨ ਕੀਤਾ ਕਿ ਆਪਾਂ ਜਿੰਨੇ ਆਪਾਂ ਸੌਖੇ ਤੌਰ 'ਤੇ ਮਦਦ ਕਰ ਸਕਦੇ ਹਾਂ। ਅਸੀਂ ਕੇਂਦਰੀ ਪੰਜਾਬੀ ਲੇਖਕ ਸਭਾ ਵੱਲੋਂ ਵੀ ਅਤੇ ਪ੍ਰਗਤੀਸ਼ੀਲ ਲੇਖਕ ਸਭਾ ਸੰਘ ਵੱਲੋਂ ਵੀ ਅਸੀਂ ਲੇਖਕਾਂ ਨੂੰ ਇਸ ਕਿਸਮ ਦਾ ਸੱਦਾ ਦਿੱਤਾ ਸੀ ਔਰ ਲੇਖਕਾਂ ਨੇ ਬਹੁਤ ਵਧੀਆ ਹੰਗਾਰਾ ਭਰਿਆ। ਅਸੀਂ ਪਹਿਲਾਂ ਜਿਹੜਾ ਸਾਡੀ ਸੰਯੁਕਤ ਮੋਰਚਾ ਹੈ ਕਿਸਾਨੀ ਦਾ, 2.25 ਲੱਖ ਰੁਪਏ ਦੀ ਰਾਸ਼ੀ ਅਸੀਂ ਭੇਟ ਕਰਕੇ ਗਏ ਸੀ। ਉਹ ਰਾਸ਼ੀ ਸਾਨੂੰ ਪੰਜਾਬੀ ਦੇ ਨਾਮਵਰ ਕਥਾਕਾਰ ਡਾਕਟਰ ਗੁਲਜ਼ਾਰ ਸਿੰਘ ਸੰਧੂ ਹੋਣਾ ਨੇ ਦਿੱਤੀ ਸੀ ਔਰ ਉਸ ਤੋਂ ਬਿਨਾਂ ਅਸੀਂ 1 ਲੱਖ ਰੁਪਈਆ ਜਿਹੜੀ ਆਲ ਇੰਡੀਆ ਕਿਸਾਨ ਸਭਾ ਉਹਨੂੰ ਭੇਟ ਕੀਤਾ ਸੀ। ਅੱਜ ਵੀ ਅਸੀਂ 1 ਲੱਖ ਰੁਪਈਆ ਜਿਹੜਾ ਹੈਗਾ ਵੱਖ ਵੱਖ ਜਥੇਬੰਦੀਆਂ ਨੂੰ ਦੇ ਕੇ ਜਾਣਾ ਆ। ਮੇਰੇ ਨਾਲ ਇਹ ਨੌਜਵਾਨ ਲਵਪ੍ਰੀਤ ਸਿੰਘ ਨੇ, ਇਹ ਜੈ ਜਵਾਨ ਜਿਹੜੀ ਕਿਸਾਨ ਜੈ ਕਿਸਾਨ ਜਥੇਬੰਦੀ ਆ ਪੰਜਾਬ ਦੀ, ਇਹ ਉਹਦੇ ਕਾਰਕੁਨ ਨੇ। ਇਹ ਬਹੁਤ ਸੰਜੀਦਾ ਨੌਜਵਾਨ ਆ, ਲਿਟਰੇਚਰ 'ਚ ਬਹੁਤ ਅੱਛੀ ਦਿਲਚਸਪੀ ਰੱਖਦੇ ਆ ਔਰ ਬੜੀ ਇਨਕਲਾਬੀ ਸੋਚ ਆ ਉਹਨਾਂ ਬੱਚਿਆਂ ਦੀ। ਇਹ ਗਰੁੱਪ ਬਹੁਤ ਅੱਛਾ ਕੰਮ ਕਰ ਰਿਹਾ ਅਤੇ ਸਾਨੂੰ ਇਹ ਲੱਗਿਆ ਕਿ ਇਹ ਜਿਹੜੇ ਨਵੇਂ ਬੱਚੇ ਨੇ ਇਹਨਾਂ ਕੋਲ ਅਜੇ ਬਹੁਤੇ ਆਰਥਿਕ ਸਾਧਨ ਨਹੀਂ ਔਰ ਇਹ ਇੰਨੀ ਦੇਰ ਤੋਂ ਡਟੇ ਹੋਏ ਨੇ ਔਰ ਇਹਨਾਂ ਚੇਤਨਾ ਦਾ ਕੰਮ ਕਰ ਰਹੇ ਨੇ। ਸੋ ਇਸ ਕਰਕੇ ਅਸੀਂ ਕੁਝ ਹਿੱਸਾ ਆਪਣੇ ਜਿਹੜੀ ਕਲੈਕਸ਼ਨ ਦੇ ਵਿੱਚੋਂ ਜੈ ਕਿਸਾਨ ਜਥੇਬੰਦੀ ਨੂੰ ਭੇਟ ਕਰਨਾ ਹੈ। ਸਰਕਾਰਾਂ ਸੋਚਦੀਆਂ ਹੁੰਦੀਆਂ ਨੇ ਜਾਂ ਕੁਝ ਅਗਵਾਈ ਕਾਰਜ ਹੈ, ਲੋਕ ਤਾਨਾਸ਼ਾਹ ਲੋਕ ਸੋਚਦੇ ਆ ਕਿ ਸਮਾਂ ਪੈਣ ਨਾਲ ਮੂਵਮੈਂਟ ਮੱਠੀਆਂ ਪੈ ਜਾਂਦੀਆਂ ਨੇ, ਉਹਨਾਂ ਦਾ ਹੰਗਾਰਾ ਘੱਟ ਜਾਂਦਾ ਹੈ। ਤੁਸੀਂ ਲਗਾਤਾਰ ਇੱਥੇ ਆ ਰਹੇ ਹੋ, ਆਉਂਦੇ ਹੋ, ਜਾਂਦੇ ਹੋ, ਕਿਵੇਂ ਦੇਖ ਰਹੇ ਹੋ ਅੱਜ ਦਾ ਦਿਨ, ਜਿਹੜਾ 20ਵਾਂ ਦਿਨ ਹੈ, ਉਸ ਦੇ ਵਿੱਚ ਜੋਸ਼ ਤੇ ਉਤਸ਼ਾਹ ਕਿੱਥੇ ਖੜਾ? ਦੇਖੋ, ਮੈਨੂੰ ਇਹ ਲੱਗ ਰਿਹਾ ਕਿ ਜਿਹੜੀ ਹਿੰਦੁਸਤਾਨ ਦੀ ਕੇਂਦਰ ਸਰਕਾਰ ਦੀ ਨੀਤੀ ਆ ਕਿ ਅਸੀਂ ਕਿਸਾਨਾਂ ਨੂੰ ਥਕਾ ਲਵਾਂਗੇ ਜਾਂ ਗੱਲਬਾਤ ਵਿੱਚ ਭਰਮਾ ਲਵਾਂਗੇ ਅਤੇ ਜਾਂ ਇਸ ਮੌਸਮ ਦੇ ਵਿੱਚ, ਇੰਨੀ ਠੰਡ ਦੇ ਮੌਸਮ ਦੇ ਵਿੱਚ ਕਿਸਾਨ ਦੁਖੀ ਹੋ ਕੇ ਵਾਪਸ ਚਲੇ ਜਾਣਗੇ। ਮੈਨੂੰ ਲੱਗਦਾ ਕਿ ਇਹ ਗੱਲਾਂ ਬਹੁਤ ਮਾਮੂਲੀ ਨੇ ਕਿਸਾਨਾਂ ਲਈ। ਕਿਸਾਨ ਜਥੇਬੰਦੀਆਂ ਦੀ ਲੀਡਰਸ਼ਿਪ ਜਿੰਨੀ ਤਹੱਮਲ ਨਾਲ ਅਤੇ ਜਿੰਨੀ ਸਿਆਣਪ ਨਾਲ ਸਾਡੇ IAS ਅਫਸਰਾਂ ਨੂੰ, ਸਾਡੇ ਅਧਿਕਾਰੀਆਂ ਨੂੰ, ਸਾਡੇ ਮੰਤਰੀਆਂ ਨੂੰ ਜਿਵੇਂ ਉਹਨਾਂ ਨੇ ਲਾਜਵਾਬ ਕੀਤਾ ਆ ਆਪਣੀਆਂ ਮੁਲਾਕਾਤਾਂ ਦੇ ਵਿੱਚ ਔਰ ਬੜੀ ਦਲੀਲ ਨਾਲ ਉਹਨਾਂ ਨੇ ਗੱਲ ਰੱਖੀ ਆ। ਔਰ ਦੂਸਰੀ ਗੱਲ, ਮੈਂ ਕਿਸਾਨ ਜਥੇਬੰਦੀਆਂ ਨੂੰ ਇਸ ਕਰਕੇ ਵਧਾਈ ਦੇਣੀ ਚਾਹੁੰਦਾ ਕਿ ਕਿਸਾਨ ਜਥੇਬੰਦੀਆਂ ਨੇ ਜਿਹੜਾ ਸਾਡਾ ਕਿਸਾਨ ਕਾਡਰ ਆ, ਇਸ ਜਥੇਬੰਦੀ ਵਿੱਚ ਆਇਆ ਜਿੰਨਾ ਕਾਡਰ ਆ, ਉਹ ਇੰਨਾ ਅਨੁਸ਼ਾਸਿਤ ਆ ਅਤੇ ਇੰਨੇ ਸਬਰ ਨਾਲ ਇਹ ਲੜਾਈ ਲੜ ਰਿਹਾ। ਉਹ ਇਹ ਸੋਚ ਕੇ ਆਇਆ ਕਿ ਇਹ ਕੇਂਦਰ ਸਰਕਾਰ ਤਰ੍ਹਾਂ ਤਰ੍ਹਾਂ ਦੇ ਹੱਥ ਕੰਡੇ ਖੇਡੇਗੀ, ਇਸ ਕਰਕੇ ਜਿਹੜੇ ਕਿਸਾਨ ਨੇ ਉਹ ਲੰਮੀ ਤਿਆਰੀ ਕਰਕੇ ਆਏ ਨੇ ਔਰ ਬੜੇ ਸ਼ਾਂਤ ਵੀ ਰਹਿ ਰਹੇ ਨੇ। ਬੜੇ ਤਰ੍ਹਾਂ ਦੀ ਪ੍ਰੋਵੋਕੇਸ਼ਨ ਕੀਤੀ ਜਾ ਰਹੀ ਆ, ਸਰਕਾਰ ਵੱਲੋਂ ਕਿਸਾਨਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ, ਕਿਤੇ ਖਾਲਿਸਤਾਨੀ ਕਿਹਾ ਜਾ ਰਿਹਾ, ਕਿਤੇ ਟੁਕੜਾ ਟੁਕੜਾ ਗੈਂਗ ਕਿਹਾ ਜਾ ਰਿਹਾ, ਕਿਤੇ ਇਹ ਕਿਹਾ ਜਾ ਰਿਹਾ ਕਿ ਪੰਜਾਬ ਦੇ ਕਿਸਾਨ ਤਾਂ ਇਹ ਚਾਹੁੰਦੇ ਨਹੀਂ, ਹਿੰਦੁਸਤਾਨ ਦੇ ਕਿਸਾਨ ਤਾਂ ਇਹ ਚਾਹੁੰਦੇ ਨਹੀਂ। ਕੁਝ ਜਿਹੜੀਆਂ ਮਸਨੂਈ
ਬਨੋਟੀ ਕਿਸਾਨ ਜਥੇਬੰਦੀਆਂ ਖੜੀਆਂ ਕਰਕੇ ਗਵਰਨਮੈਂਟ ਇਸ ਕਿਸਮ ਦਾ ਪ੍ਰਚਾਰ ਕਰ ਰਹੀ ਆ, ਪਰ ਮੈਨੂੰ ਲੱਗਦਾ ਕਿ ਇਤਸ਼ਾਹ ਦਿਨੋ ਦਿਨ ਵੱਧ ਰਿਹਾ। ਅੱਜ ਇਸ ਤੋਂ ਇਲਾਵਾ ਇੱਕ ਗੱਲ ਹੋਰ ਵੀ ਕਹਿ ਦਿੱਤੀ ਹੈ ਕਿ ਜਿਵੇਂ ਤਾਂ ਹੁਣ ਆਪਾਂ ਇਸ ਇੰਟਰਵਿਊ ਦੇ ਜ਼ਰੀਏ ਦਿਖਾ ਰਹੇ ਹਾਂ ਕਿ ਪੰਜਾਬ ਦੇ ਮੁਖਤਲਿਫ ਜਿਹੜੇ ਲੇਖਕ ਨੇ ਸਾਹਿਤਕਾਰ ਨੇ ਉਹ ਮਦਦ ਕਰ ਰਹੇ ਆ, ਪਰ ਉੱਥੇ ਤਾਂ ਇਹ ਵੀ ਕਹੀ ਗਈ ਕਿ ਇਹ ਜਿਹੜੀ ਆਰਥਿਕ ਮਦਦ ਹੋ ਰਹੀ ਹੈ ਸਰਹੱਦ ਪਾਰਾਂ ਤੋਂ ਹੋ ਰਹੀ ਹੈ ਜਿਹੜੀ ਕਿ ਮੁਲਕ ਦੇ ਖਿਲਾਫ ਨੇ। ਦੇਖੋ ਮੈਂ ਸਿਰਫ ਇਹਨੇ ਕੀ ਕਹਿਣਾ ਚਾਹੁੰਦਾ ਕਿ ਕਿਸਾਨ ਜਥੇਬੰਦੀਆਂ ਨੂੰ ਹਿੰਦੁਸਤਾਨ ਦੇ ਬੱਚੇ ਬੱਚੇ ਮੇਰੇ ਕੋਲ ਇਹੋ ਜਿਹੇ ਬੱਚਿਆਂ ਦੇ ਨਾਂ ਨੇ ਜਿਨ੍ਹਾਂ ਨੇ ਆਪਣੀਆਂ ਗੁਲਕਾਂ ਦੇ ਵਿੱਚੋਂ ਪੈਸੇ ਕੱਢ ਕੇ ਕਿਹਾ ਵੀ ਅੰਕਲ ਸਾਡੇ ਪੈਸੇ ਦੇ ਕੇ ਆਓ ਉੱਥੇ, ਔਰ ਵਿਦੇਸ਼ਾਂ ਤੋਂ ਲੋਕ ਟਿਕਟਾਂ ਖਰੀਦ ਕੇ ਇੰਨੇ ਮੌਸਮ ਦੇ ਵਿੱਚ ਡਰਦੇ ਮੌਸਮ ਦੇ ਵਿੱਚ ਸਿੱਧੇ ਆ ਕੇ ਮਦਦ ਕਰਨੀ ਚਾਹੁੰਦੇ ਆ। ਮੈਂ ਇਹ ਕਹਿਣਾ ਚਾਹੁੰਦਾ ਪੰਜਾਬ ਦੇ ਕਿਸਾਨ ਭਾਈਚਾਰੇ ਦੇ ਪੁੱਤਰ ਵਿਦੇਸ਼ਾਂ 'ਚ ਵੱਸਦੇ ਨੇ, ਜੇ ਉਹ ਕਿਸਾਨਾਂ ਨੂੰ ਮਦਦ ਦਿੰਦੇ ਨੇ ਕੋਈ ਗੁਨਾਹ ਕਰ ਰਹੇ ਨੇ? ਨੰਬਰ ਇੱਕ। ਨੰਬਰ ਦੋ, ਇੱਥੇ ਜਿਹੜੇ ਲੰਗਰ ਲੱਗੇ ਹੋਏ ਨੇ, ਇੱਥੇ ਜਿਹੜੀ ਦਵਾਈ ਬੂਟੀ ਦੀ ਸੇਵਾ ਹੋ ਰਹੀ ਆ, ਇੱਥੇ ਜਿਹੜੇ ਖਾਣ ਪੀਣ ਦੇ ਲੰਗਰ ਲੱਗੇ ਹੋਏ ਨੇ, ਇਹ ਸਾਰੇ ਇਸ ਗੱਲ ਦਾ ਸਬੂਤ ਨੇ ਕਿ ਕਿਸਾਨਾਂ ਦੇ ਮਗਰ ਪਿੰਡਾਂ ਦੇ ਲੋਕ ਖੜ੍ਹੇ ਨੇ, ਪਿੰਡਾਂ ਦੀਆਂ ਪੰਚਾਇਤਾਂ ਖੜ੍ਹੀਆਂ ਨੇ। ਮੈਂ ਵਿਸ਼ੇਸ਼ ਤੌਰ 'ਤੇ ਧੰਨਵਾਦ ਕਰਨਾ ਚਾਹੁੰਦਾ ਹਰਿਆਣਵੀ ਸਾਥੀਆਂ ਦਾ, ਹਰਿਆਣੇ ਵਾਲੇ ਦੋਸਤ ਸਬਜ਼ੀਆਂ ਲੈ ਕੇ ਆ ਰਹੇ ਨੇ, ਰੋਟੀ ਪਾਣੀ ਦਾ ਇੰਤਜ਼ਾਮ ਕਰ ਰਹੇ ਨੇ, ਦੁੱਧ ਲੈ ਕੇ ਆ ਰਹੇ ਨੇ। ਸੋ ਹਰ ਤਰ੍ਹਾਂ ਦੀ ਮਦਦ ਆ। ਜੇ ਵਿਦੇਸ਼ੀ ਮਦਦ ਨੂੰ ਸਰਕਾਰ ਗੁਨਾਹ ਸਮਝਦੀ ਆ ਤਾਂ ਸਰਕਾਰ ਜਿਹੜੀ ਉਹ ਕਾਹਦੇ ਵਾਸਤੇ ਆ? ਸਰਕਾਰ ਚੈੱਕ ਕਰੇ, ਸਰਕਾਰ ਕੋਲ ਆਪਣਾ ਅਮਲਾ ਫੈਲਾ, ਸਰਕਾਰ ਦੀ CID ਆ, ਸਰਕਾਰ ਕੋਲ ਉਹਦੀਆਂ ਏਜੰਸੀਆਂ ਨੇ, ਇਹ ਸਰਕਾਰ ਦੀਆਂ ਏਜੰਸੀਆਂ ਦੇਖਣ। ਸਰਕਾਰ ਜਿਹੜੀ ਹੈ ਉਹ ਅੰਨੀ ਆ, ਉਹਨੂੰ ਇਹ ਨਜ਼ਰ ਨਹੀਂ ਆ ਰਿਹਾ ਕਿ ਕਿਵੇਂ ਪਿੰਡਾਂ ਤੋਂ ਟਰਾਲੀਆਂ ਦੀਆਂ ਭਰ ਕੇ ਸਬਜ਼ੀਆਂ ਦੀਆਂ ਆ ਰਹੀਆਂ, ਕਿਵੇਂ ਜਿਹੜੇ ਬਜ਼ੁਰਗ ਬਾਬੇ ਸਾਡੇ ਬੈਠੇ ਸਬਜ਼ੀਆਂ ਕੱਟ ਰਹੇ ਨੇ, ਰੋਟੀਆਂ ਬਣਾ ਰਹੇ ਨੇ, ਸਾਡੀ 90-90 ਸਾਲ ਦੀਆਂ ਸਾਡੀਆਂ ਮਾਵਾਂ, ਸਾਡੀਆਂ ਭੈਣਾਂ, ਸਾਡੇ 10-10 ਸਾਲ ਦੇ ਬੱਚੇ ਜਿਹੜੇ ਇੱਥੇ ਮੋਰਚੇ 'ਤੇ ਡਟੇ ਹੋਏ ਨੇ, ਇੰਨੀ ਠੰਡ ਵਿੱਚ ਉਹ ਇਹਨਾਂ ਦੇ ਹੌਸਲੇ ਇੰਨੇ ਬੁਲੰਦ ਨੇ, ਉਹ ਇਹ ਕਹਿ ਰਹੇ ਨੇ ਕਿ ਠੰਡ ਸਾਡੇ ਨੇੜੇ ਨਹੀਂ ਲੰਘ ਰਹੀ। ਸੋ ਜਿਹੜਾ ਪੰਜਾਬ ਦਾ ਹੌਸਲਾ, ਪੰਜਾਬ ਦੀ ਤਹੱਮਲ, ਪੰਜਾਬ ਦਾ ਸ਼ਾਂਤਮਈ ਅੰਦੋਲਨ, ਜੇ ਸਰਕਾਰ ਅਜੇ ਵੀ ਕੰਧ 'ਤੇ ਲਿਖਿਆ ਨਹੀਂ ਪੜ੍ਹਨ ਜਾਣਦੀ ਤਾਂ ਇਹ ਇਹਨੂੰ ਪੜ੍ਹਾ ਕੇ ਜਾਣਗੇ। ਲੋਕ ਲਹਿਰ ਜਨ ਅੰਦੋਲਨ ਜਿਹੜਾ ਇਹ ਬਣਦਾ ਜਾ ਰਿਹਾ ਅਤੇ ਬਣ ਗਿਆ, ਇਸ ਦੇ ਵਿੱਚ ਇੱਕ ਜਿਹੜਾ ਕਿਸਾਨੀ ਆ ਉਹ ਤਾਂ ਸਾਡਾ ਕੇਂਦਰ ਬਿੰਦੂ ਹੈ, ਉਹ ਜਿਹੜੀ ਮੰਗ ਹੈ, ਜਿਹੜਾ ਵਿਸ਼ਾ ਹੈ, ਉਹ ਤਾਂ ਕੇਂਦਰ ਬਿੰਦੂ ਰਹੂਗਾ ਹੀ ਰਹੂਗਾ, ਪਰ ਇਸ ਤੋਂ ਇਲਾਵਾ ਹੋਰ ਬਹੁਤ ਸਾਰੀਆਂ ਮੰਗਾਂ ਉੱਠਣ ਲੱਗੀਆਂ ਨੇ, ਹੋਰ ਬਹੁਤ ਸਾਰੇ ਵਿਸ਼ੇ ਨਾਲ ਜੁੜਨ ਲੱਗੇ ਨੇ, ਉਹਨੂੰ ਤੁਸੀਂ ਕਿਵੇਂ ਥਿਓਰਾਈਜ਼ ਕਰ ਰਹੇ? ਦੇਖੋ, ਇੱਕ ਤਾਂ ਸਾਡੇ ਨੌਜਵਾਨਾਂ ਨੂੰ ਮੈਂ ਮੁਬਾਰਕ ਦੇਣੀ ਆ, ਸਾਡੇ ਪੰਜਾਬ ਦੇ ਨੌਜਵਾਨ ਨੂੰ ਨਸ਼ੇੜੀ ਕਿਹਾ ਗਿਆ, ਸਾਡੇ ਪੰਜਾਬ ਦੇ ਨੌਜਵਾਨ ਨੂੰ ਵਿਹਲੜ ਕਿਹਾ ਗਿਆ, ਨਿਕੰਮਾ ਕਿਹਾ ਗਿਆ, ਪੰਜਾਬ ਦੇ ਨੌਜਵਾਨਾਂ ਨੇ ਇਹ ਸਿੱਧ ਕਰ ਦਿੱਤਾ ਕਿ ਪੰਜਾਬ ਦਾ ਨੌਜਵਾਨ ਕਿੰਨਾ ਫਿਕਰਮੰਦ ਆ, ਆਪਣੇ ਭਵਿੱਖ ਲਈ ਨਹੀਂ ਸਮੁੱਚੇ ਦੇਸ਼ ਲਈ ਉਹ ਕਿੰਨਾ ਫਿਕਰਮੰਦ ਆ। ਅੱਜ ਪੰਜਾਬ ਦੇ ਨੌਜਵਾਨ ਆਪਣੀਆਂ ਸਕੂਲਾਂ ਕਾਲਜਾਂ ਦੀਆਂ ਪੜ੍ਹਾਈਆਂ ਛੱਡ ਕੇ ਇੱਥੇ ਬੈਠੇ ਨੇ, ਪੰਜਾਬ ਦੇ ਉਹ ਨੌਜਵਾਨ ਜਿਨ੍ਹਾਂ ਨੇ ਵਿਦੇਸ਼ਾਂ 'ਚ ਜਾਣਾ ਸੀ, ਜਿਨ੍ਹਾਂ ਨੇ ਉੱਥੇ ਐਡਮਿਸ਼ਨ ਲਈ ਸੀ ਆਈਲੈਟਸ ਕਰਕੇ, ਉਹ ਬੱਚੇ ਇੱਥੇ ਬੈਠੇ ਨੇ ਮੋਰਚੇ ਲਾ ਕੇ। ਅੱਜ ਪੰਜਾਬ ਦਾ ਨੌਜਵਾਨ ਕੇਵਲ ਪੰਜਾਬ ਦੀ ਜਾਂ ਆਪਣੀ ਲੜਾਈ ਨਹੀਂ ਲੜ ਰਿਹਾ, ਅੱਜ ਪੰਜਾਬ ਦਾ ਨੌਜਵਾਨ ਸਮੁੱਚੇ ਹਿੰਦੁਸਤਾਨ ਦੇ ਆਵਾਮ ਦੀ ਲੜਾਈ ਲੜ ਰਿਹਾ। ਔਰ ਇਹਦੇ ਨਾਲ ਮੈਂ ਇੱਕ ਹੋਰ ਗੱਲ ਜੋੜਦਿਆਂ ਕਿ ਜਿਸ ਤਰ੍ਹਾਂ ਸਾਡੇ ਬਜ਼ੁਰਗ ਇੱਥੇ ਬੈਠੇ ਨੇ, ਮੈਂ ਸਮਝਦਾ ਕਿ ਬਜ਼ੁਰਗਾਂ ਕੋਲ ਹੋਸ਼ ਆ, ਬਜ਼ੁਰਗ ਸਾਡੇ ਬੱਚਿਆਂ ਨੂੰ ਜਦੋਂ ਥਾਪੜਾ ਦੇ ਰਹੇ ਨੇ ਤੇ ਸਾਡੇ ਬੱਚੇ ਬਹੁਤ ਡਿਸਿਪਲਿਨ 'ਚ ਰਹਿ ਰਹੇ ਨੇ ਇਸੇ ਕਰਕੇ। ਸੋ ਮੈਨੂੰ ਲੱਗਦਾ ਕਿ ਦਿਨੋਂ ਦਿਨ ਇਹਦੇ 'ਚ ਹੋਰ ਲੋਕ ਜੁੜ ਰਹੇ ਨੇ, ਹਰਿਆਣਵੀ ਭਾਈ ਆਏ ਨੇ, ਹੁਣ ਰਾਜਸਥਾਨ ਵਾਲੇ ਸਾਥੀ ਆ ਗਏ ਨੇ, ਅੱਜ ਮੈਂ ਇੱਥੇ ਦੇਖ ਰਿਹਾ ਸੀ ਕਿ ਬਿਹਾਰ ਤੋਂ ਲੋਕ ਆਏ ਵੇ ਨੇ ਸਾਈਕਲਾਂ 'ਤੇ, ਤਮਿਲਨਾਡੂ 'ਤੇ ਲੋਕ ਆਏ ਨੇ, ਔਰ ਲੋਕ ਕੱਲ੍ਹ ਮੈਂ ਦੇਖ ਰਿਹਾ ਸੀਗਾ ਕਿ ਹਰਿਆਣਾ ਜੀਂਦ ਜ਼ਿਲ੍ਹੇ ਤੋਂ ਇੱਕ ਕਿਸਾਨ ਆਪਣੀ ਗੱਡੀ ਲੈ ਕੇ ਆਇਆ ਸੀ, ਰੇਹੜੀ ਗੱਡੀ ਲੈ ਕੇ ਆਇਆ ਸੀ, ਆਪਣੇ ਬੈਲ ਨੂੰ ਨਾਲ ਲੈ ਕੇ ਆਇਆ ਸੀ। ਇਸ ਕਿਸਾਨ ਇਸ ਮੋਰਚੇ ਵਿੱਚ ਕੇਵਲ ਕਿਸਾਨ ਸ਼ਾਮਿਲ ਨਹੀਂ, ਇਸ ਮੋਰਚੇ ਵਿੱਚ ਤਾਂ ਕਿਸਾਨਾਂ ਦੇ ਪਸ਼ੂ ਪੰਛੀ ਵੀ ਸ਼ਾਮਿਲ ਹੋ ਚੁੱਕੇ ਨੇ, ਰਾਜਸਥਾਨ ਦੇ ਸਾਥੀ ਆਪਣੀਆਂ ਗਾਈਆਂ ਲੈ ਕੇ ਆਏ ਨੇ, ਗਊਆਂ ਲੈ ਕੇ ਆਏ ਨੇ। ਸੋ ਮੈਂ ਇਹ ਕਹਿ ਰਿਹਾ ਕਿ ਇਹ ਮੋਰਚਾ ਦਿਨੋਂ ਦਿਨ ਵਿਸ਼ਾਲ ਹੁੰਦਾ ਜਾ ਰਿਹਾ। ਜਦੋਂ ਮੈਂ ਪਹਿਲੀ ਵਾਰ ਆਇਆ ਸੀ ਤਾਂ ਸੋਨੀਪਤ ਤੋਂ ਥੋੜ੍ਹਾ ਜਿਹਾ ਅੱਗੇ ਆ ਕੇ ਸ਼ੁਰੂ ਸੀ, ਅੱਜ ਸੋਨੀਪਤ ਤੋਂ ਪਿੱਛੇ ਤੱਕ ਟਰਾਲੀਆਂ ਲੱਗੀਆਂ ਨੇ, ਅਜੇ ਵੀ ਪੰਜਾਬ 'ਚੋਂ ਟਰਾਲੀਆਂ ਆ ਰਹੀਆਂ ਨੇ। ਜਦੋਂ ਅਜਿਹੇ ਸਥਿਤੀਆਂ ਬਣਦੀਆਂ ਨੇ, ਪਰਿਸਥਿਤੀਆਂ ਬਣਦੀਆਂ ਨੇ, ਸਰਕਾਰਾਂ ਬਹੁਤ ਗੰਭੀਰ ਹੋਣੀਆਂ ਚਾਹੀਦੀਆਂ ਨੇ, ਸਰਕਾਰਾਂ ਬਹੁਤ ਚਿੰਤਤ ਹੋਣੀਆਂ ਚਾਹੀਦੀਆਂ ਨੇ, ਪਰ ਸਰਕਾਰਾਂ ਅੱਜ ਕੀ ਨੇ ਉਹ ਤੁਸੀਂ ਦੱਸੋ। ਦੇਖੋ, ਇੱਕ ਤਾਂ ਇਹ ਗੱਲ ਮੰਨੀ ਪਏਗੀ ਕਿ ਮੋਦੀ ਸਰਕਾਰ ਫਾਸ਼ੀਵਾਦੀ ਸਰਕਾਰ ਆ, ਇਹ ਹਿੰਦੁਸਤਾਨ ਦੇ ਆਵਾਮ ਦੇ ਕਿਸੇ ਕੋਨੇ ਦੀ ਆਵਾਜ਼ ਸੁਣਨ ਨੂੰ ਤਿਆਰ ਨਹੀਂ। ਚਾਹੇ ਉਹ ਕਸ਼ਮੀਰ 'ਚੋਂ 370 ਨੂੰ ਹਟਾਉਣਾ ਹੋਵੇ, ਕਸ਼ਮੀਰ ਨੂੰ ਕੇਂਦਰ ਸ਼ਾਸਿਤ ਪ੍ਰਦੇਸ਼ ਬਣਾਉਣਾ ਹੋਵੇ, ਲਦਾਖ ਅਤੇ ਕਸ਼ਮੀਰ ਨੂੰ ਵੰਡ ਦੇਣਾ ਹੋਵੇ, ਚਾਹੇ ਉਹ ਬਾਬਰੀ ਮਸਜਿਦ ਦਾ ਮੁੱਦਾ ਹੋਵੇ ਜਿਵੇਂ ਤੁਸੀਂ ਦੇਖਿਆ ਕਿ ਕੋਰਟਾਂ 'ਚ ਜੋ ਕੁਛ ਕਰਵਾਇਆ ਇਹਨਾਂ ਨੇ, ਚਾਹੇ ਜਿਹੜੇ ਸਾਡੇ ਕਿਸਾਨ ਨੇ ਹਿੰਦੁਸਤਾਨ ਦੇ ਕੋਨੇ ਕੋਨੇ ਦੇ ਕਿਸਾਨ, ਅੱਜ ਤਮਿਲਨਾਡੂ ਦੇ ਕਿਸਾਨਾਂ ਦੀ ਕਿੰਨੀ ਹਾਲਤ ਬੁਰੀ ਆ, ਮਹਾਰਾਸ਼ਟਰ ਦੇ ਕਿਸਾਨਾਂ ਦੀ ਬੁਰੀ ਹਾਲਤ, ਅੱਜ ਇਹਨਾਂ ਨੂੰ ਮੂੰਹ ਦਿਖਾਉਣੀ ਪਈ ਆ ਪਾਰਲੀਮੈਂਟਰੀ ਸਿਸਟਮ ਵਿੱਚ ਵੀ, ਇਹ ਆਪਣੀ ਸਰਕਾਰ ਨਹੀਂ ਬਣਾ ਸਕੇ ਮਹਾਰਾਸ਼ਟਰ ਦੇ ਵਿੱਚ, ਜੋ ਕੁਝ ਇਹਨਾਂ ਨੇ ਬਿਹਾਰ ਵਿੱਚ ਨੰਗਾ ਨਾਚ ਕੀਤਾ ਉਹ ਵੀ ਲੋਕਾਂ ਦੇ ਸਾਹਮਣੇ ਆ। ਸੋ ਜਿਹੜਾ ਇੱਕ ਤਾਂ ਇਹ ਸਰਕਾਰ ਫਾਸ਼ੀਵਾਦੀ ਸਰਕਾਰ ਆ, ਦੂਸਰਾ ਇਹ ਸਰਕਾਰ ਬਾਰੇ ਮੈਂ ਕਹਿਣਾ ਚਾਹੁੰਦਾ ਕਿ ਇਹ ਸਰਕਾਰ ਸਾਡੇ ਲੋਕਾਂ ਦੀ ਵੋਟ ਠੱਗ ਕੇ ਬਣੀ ਹੋਈ ਸਰਕਾਰ ਆ, ਵੋਟਾਂ ਦੀ ਲੋਕਾਂ ਦੀ ਵੋਟ ਹਾਸਲ ਕਰਕੇ ਨਹੀਂ।
इन्हां ने वोट ठगी आ। ये हिंदुस्तान के आवाम की नुमाइंदगी करने वाली सरकार नहीं, ये चंद घराणियां दी कारपोरेट घराणियां दी नुमाइंदा सरकार आ। जिवें कि तुसीं देख रहे हो कि इन्हां ने पिछले दिनों च 6 जिहड़े साडे हवाई अड्डे सी वो निजी कर दिते ने और बहुत सारे रेलवे स्टेशन निजी कर दिते ने। अज हो की रहा कि अज जिहड़े साडे रेलवे स्टेशन निजी कंपनियां नूं सौंपे जा रहे ने, अज साडे एयरपोर्ट कंपनियां करोड़ां रुपये की अरबां रुपए की प्रॉपर्टी है हिंदुस्तान की और हिंदुस्तान के लोगों के टैक्स ना बनी आ, एक कारपोरेट हाउस के हवाले करी जा रहे हैं। पहले दिन कारपोरेट हाउस की पहली करतूत मैं दसन लगा कि जिस दिन इन्होंने साढ़े रेलवे स्टेशन दिते ने, रेलवे स्टेशन से जोड़ा स्टेशन से जाने का टिकट हों, प्लेटफार्म टिकट जी 5 रुपए की सी, वह 50 रुपए की कर दी गई। अगे अगे की होएगा असं देख रहे हैं कि अगे पंजाब का किसान खुदकुशी करता सी और टब्बर रोल जाता सी, हुण पंजाब का किसान इस स्थिति च पहुँच गया कि वह सारे टब्बर नूं मार के फिर खुदकुशी करता आ। एक किसान नूं अपने बच्चे अपना परिवार मारना पै रहा। मैं समझदा कि इन्हां खुदकुशियां लई सरकार जिम्मेवार नहीं, कली सरकार कातल है इन्हां दी, इह खुदकुशियां नहीं इह कतल ने। कल साडे इक महापुरख बाबा राम सिंह सिंगरी वाला वह इतों का दृश्य देख के उन्हों का मन इन्ना द्रवत हो गया, उन्होंने मन में एड्डी वड्डी ठेस लगी कि उन्होंने अपनी जीवन लीला खत्म कर ली। साडे गुरु पीर साडे जिहड़े हैगे रहनुमा समाज दे जिन्होंने सानू दुख दे वेले च ढासणा देना हुंदा आ, सानू हौसला देना हुंदा आ, वो लोगों का दुख नहीं सह सके, उन्होंने यह लग्या कि यह जे जीवन नालों तो मरना चंगा आ। अज किसान का पंजाब का किसान का बच्चा बच्चा ये कह रहा कि जा हक लेके जावांगे जा मरांगे, मरांगे केवल मुहावरा नहीं, इहनू केवल मुहावरा ना समझो। पंजाब का किसान जन मिथ के आया आ और वह इतों बिल्कुल नहीं हिलेगा। ईवन इतों तक कि जे किसान यूनियन उन्हें यह कह कि सरकार निक्की मोटी मंग मनती है, हालात खराब ने आप वापस चल गए, किसान जान वाले नहीं, वापस वाल होने वाले नहीं है। सो सुखदेव सिंह सिरसा प्रोग्रेसिव राइटर एसोसीएशन के वलों लगातार वित्तीय इमदाद करन दे लई इत्थे पहुँच रहे ने, वह सारिया जथेबंदियां ते उह जथेबंदियां नाल जुड़े स्टूडेंट विंग सारे की मदद की जा रही है, क्योंकि जिहड़ा जोश ते होश नाल चल रहा है ये केंद्र सरकार के खिलाफ रोस रोह प्रदर्शन है, उसनू किसी ना किसी तरीके दे नाल बल हुंगारा जिहड़ा है वह दिता जा सके, क्योंकि एडिया मूवमेंटा चलाउणियां उहदे विच हर तरीके की लोड़ हौसला तरवास बहुत जरूरी हुंदा। कैमरामैन मुकल के नाल नवजोत सिंह धालीवाल वर्ल्ड पंजाबी टीवी राजधानी दिल्ली तों।